ਪਿਆਰੇ ਬੱਚਿਓ, ਅੱਜ ਅਸੀਂ ਹੋੜਾ ਮਾਤਰਾ ਕਰਨ ਜਾ ਰਹੇ ਹਾਂ। ਹੋੜਾ ਮਾਤਰਾ ਜਿਹੜਾ ਇਹ ਚਿੰਨ੍ਹ ਦੇਖ ਰਹੇ ਹੋ, ਇਸ ਨੂੰ ਹੋੜਾ ਕਹਿੰਦੇ ਹਨ। ਇਹ ਅੱਖਰ ਦੇ ਉੱਪਰ ਲੱਗਦਾ ਹੈ ਅਤੇ ਇਸ ਦੀ ਆਵਾਜ਼ ਹੁੰਦੀ ਹੈ ਓ, ਛੋਟੀ ਓ, ਯਾਨੀ ਕਿ ਅਸੀਂ ਇਸ ਨੂੰ ਲੰਬਾ ਨਹੀਂ ਖਿੱਚਣਾ, ਬਿਲਕੁਲ ਛੋਟੀ ਆਵਾਜ਼। ਜਿਸ ਤਰ੍ਹਾਂ ਮ ਉੱਤੇ ਓ ਲੱਗਿਆ ਹੋਇਆ, ਯਾਨੀ ਕਿ ਹੋੜਾ ਲੱਗਿਆ ਹੋਇਆ, ਮੰਮੀ ਉੱਤੇ ਹੋੜਾ, ਮੋ ਮੋ, ਜਲਦੀ ਆਵਾਜ਼ ਖਤਮ ਹੋ ਜਾਂਦੀ ਹੈ ਉਹਦੀ, ਮੋ ਮ ਓ ਮੋ ਰ ਮੋਰ। ਟੋ ਟ ਦੇ ਉੱਪਰ ਹੋੜਾ ਲੱਗਿਆ ਹੋਇਆ ਹੈ ਅਤੇ ਹੋੜੇ ਦੀ ਆਵਾਜ਼ ਹੁੰਦੀ ਹੈ ਓ, ਅਤੇ ਜਿਹੜੀ ਕਿ ਜਲਦੀ ਖਤਮ ਹੋ ਜਾਂਦੀ। ਟੋ ਲ ਟੋਲ। ਨੋ ਟ ਨੋਟ। ਤੋ ਤਾ ਤੋਤਾ। ਕੋ ੜਾ ਘੋੜਾ। ਮੋ ਟਾ ਮੋਟਾ। ਰੋ ਟੀ ਰੋਟੀ। ਸੋ ਟੀ ਸੋਟੀ। ਤੋ ਰੀ ਤੋਰੀ। ਚੋ ਰੀ ਚੋਰੀ। ਬੋ ਰੀ ਬੋਰੀ। ਕੋ ਟੀ ਕੋਟੀ। ਬੋ ਤ ਲ ਬੋਤਲ। ਦੋ ਸ ਤ ਦੋਸਤ। ਭੋ ਜ ਨ ਭੋਜਨ। ਬੋ ਹ ੜ ਬੋਹੜ। ਸ ਟੋ ਰ ਸਟੋਰ। ਸ ਮੋ ਸਾ ਸਮੋਸਾ। ਸੋ ਹ ਨਾ ਸੋਨਾ। ਟੋ ਕ ਰੀ ਟੋਕਰੀ। ਮੋ ਰ ਨੀ ਮੋਰਨੀ। ਲੋ ਹ ੜੀ ਲੋਹੜੀ। ਕੋ ਈ ਲ ਕੋਇਲ। ਰੋ ਰ ਸੋ ਈ ਰ ਸੋ ਈ ਰਸੋਈ। ਅਤੇ ਹੁਣ ਆਪਾਂ ਪੜ੍ਹਦੇ ਹਾਂ ਇਸ ਪਾਠ ਦੇ ਵਾਕ। ਮੋ ਹ ਨ ਮੋਹਨ ਤੇ। ਸੋ ਹ ਨ ਸੋਹਣ। ਚੀ ੜੀ ਆ ਚਿੜੀਆ। ਘਰ ਦੇ ਖ ਨ ਦੇਖਣ। ਗ ਏ ਗਏ। ਮੋਹਨ ਤੇ ਸੋਹਣ ਚਿੜੀਆ ਘਰ ਦੇਖਣ ਗਏ। ਚੀੜੀ ਆ ਚਿੜੀਆ ਘਰ ਵਿੱਚ। ਹਰਨ ਹਰਨ, ਇੱਥੇ ਗਲਤ ਲਿਖਿਆ ਹੈ, ਅਸੀਂ ਨੂੰ ਸਿਹਾਰੀ ਆਏਗੀ। ਹਿਰਨ ਤੇ ਖਰਗੋਸ਼ ਸਨ। ਚਿੜੀਆ ਘਰ ਵਿੱਚ ਹਿਰਨ ਤੇ ਖਰਗੋਸ਼ ਸਨ। ਉੱਥੇ ਉੱਥੇ ਘੋੜੇ ਘੋੜੇ।
ਹਾਥੀ ਹਾਥੀ ਅ ਤੇ ਅਤੇ ਸ਼ੇਰ ਸ਼ੇਰ ਵੀ ਸਨ ਉੱਥੇ ਘੋੜੇ ਹਾਥੀ ਅਤੇ ਸ਼ੇਰ ਵੀ ਸਨ ਤੋਤੇ ਤੋਤੇ ਅ ਤੇ ਅਤੇ ਚਕੋਰ ਚਕੋਰ ਵੀ ਸਨ ਤੋਤੇ ਅਤੇ ਚਕੋਰ ਵੀ ਸਨ ਇੱਕ ਪਾਸੇ ਪਾਸੇ ਮੋਰ ਮੋਰ ਪੈ ਪੈਲ ਪੈਲ ਪਾ ਰਿਹਾ ਰਿਹਾ ਸੀ ਇੱਕ ਪਾਸੇ ਮੋਰ ਪੈਲ ਪਾ ਰਿਹਾ ਸੀ ਰੁੱਖ ਰੁੱਖ ਉੱਤੇ ਉੱਤੇ ਕੋਇਲ ਕੋਇਲ ਕੂ ਕੂ ਕਰ ਰਹੀ ਸੀ ਰੁੱਖ ਉੱਤੇ ਕੋਇਲ ਕੂ ਕੂ ਕਰ ਰਹੀ ਸੀ ਦਰਿਆਈ ਦਰਿਆਈ ਘੋੜਾ ਘੋੜਾ ਪਾਣੀ ਪਾਣੀ ਵਿੱਚ ਬੈਠਾ ਸੀ ਦਰਿਆਈ ਘੋੜਾ ਪਾਣੀ ਵਿੱਚ ਬੈਠਾ ਸੀ ਮੋਹਨ ਮੋਹਨ ਤੇ ਸੋਹਨ ਸੋਹਨ ਚਿੜੀਆ ਚਿੜੀਆ ਘਰ ਦੇਖ ਕੇ ਬਹੁਤ ਬਹੁਤ ਖੁਸ਼ ਖੁਸ਼ ਹੋਏ ਹੋਏ ਮੋਹਨ ਤੇ ਸੋਹਨ ਚਿੜੀਆ ਘਰ ਦੇਖ ਕੇ ਬਹੁਤ ਖੁਸ਼ ਹੋਏ ਅਭਿਆਸ ਪੜ੍ਹੋ ਅਤੇ ਸਮਝੋ ਇਹਨਾਂ ਸ਼ਬਦਾਂ ਵਿੱਚ ਅਸੀਂ ਹੋੜਾ ਲਗਾ ਕੇ ਦੇਖਾਂਗੇ ਇਹਨਾਂ ਸ਼ਬਦਾਂ ਨੂੰ ਹੋੜਾ ਲਗਾ ਕੇ ਦੇਖਾਂਗੇ ਕਿ ਨਵੇਂ ਸ਼ਬਦ ਕੀ ਬਣਦੇ ਹਨ ਜਿਸ ਤਰ੍ਹਾਂ ਤਲ ਤਲ ਤੋਲ ਤੋਲ ਤਲ ਤੋਂ ਕੀ ਬਣ ਗਿਆ ਤੋਲ ਡਰ ਡਰ ਡੋਰ ਡੋਰ ਕੜਾ ਕੜਾ ਘੋ ਘਨੂੰ ਹੋੜਾ ਲਗਾਇਆ ਤਾਂ ਕੀ ਬਣ ਗਿਆ ਘੋੜਾ ਘੋੜਾ ਪਤਾ ਪਤਾ ਪੋਤਾ ਪੋਤਾ ਮਟਰ ਮਟਰ ਮੋਟਰ ਮੋਟਰ ਭਜਨ ਭਜਨ ਭੋਜਨ ਭੋਜਨ ਭਜਨ ਭੋਜਨ ਕਮਲ ਕਮਲ ਕੋਮਲ ਕੋਮਲ ਦਸਤ ਦਸਤ ਦੋਸਤ ਦੋਸਤ ਦੂਸਰਾ ਪ੍ਰਸ਼ਨ ਹੋੜਾ ਮਾਤਰਾ ਲਾਓ ਅਤੇ ਸ਼ਬਦ ਬਣਾਓ ਆਪਣੇ ਪਾਸ ਇਹ ਸ਼ਬਦ ਦਿੱਤੇ ਗਏ ਹਨ ਅਤੇ ਇਹਨਾਂ ਨੂੰ ਹੋੜਾ ਲਗਾ ਕੇ ਨਵੇਂ ਸ਼ਬਦ ਬਣਾਉਣੇ ਹਨ ਪਹਿਲਾ ਹੈ ਨਟ ਨ ਨੂੰ ਹੋੜਾ ਲਗਾਇਆ ਬਣ ਗਿਆ ਨੋਟ ਨੋਟ ਬਰੀ ਬਰੀ ਬੋਰੀ ਬੋਰੀ ਹੋੜਾ ਲਗਾਉਣ 'ਤੇ ਕੀ ਬਣ ਗਿਆ ਬੋਰੀ ਟਲ ਤਾਂ ਟ ਨੂੰ ਹੋੜਾ ਲਗਾਇਆ ਤਾਂ ਕੀ ਬਣ ਗਿਆ ਟੋਲ ਕੜਾ ਕ ਨੂੰ ਹੋੜਾ ਲਗਾਇਆ ਤਾਂ ਕੀ ਬਣ ਗਿਆ ਘੋੜਾ ਮਰ ਮੋਰ ਮੋਰ ਜੇ ਆਪਾਂ ਰ ਨੂੰ ਹੋੜਾ ਲਗਾਵਾਂਗੇ ਮ ਰੋ ਮਰੋ ਇਹ ਨਵੇਂ ਸ਼ਬਦ ਬਣਨਗੇ
ਅਧਿਆਪਕ ਤੁਹਾਡੇ ਤੁਹਾਨੂੰ ਬੋਲ ਲਿਖਤ ਬੋਲਣਗੇ, ਜਿਹੜੇ ਉਹ ਸ਼ਬਦ ਬੋਲਣਗੇ ਤੁਸੀਂ ਲਿਖਣੇ ਹਨ। ਇਸ ਤੋਂ ਬਾਅਦ ਹਨ ਪੜ੍ਹੋ, ਚਾਰ ਅੱਖਰੀ ਸ਼ਬਦਾਂ ਨੂੰ ਪੜ੍ਹਨਾ ਹੈ। ਅਖਰੋਟ ਅਖਰੋਟ, ਸਰੋਵਰ ਸਰੋਵਰ, ਸੋਮ ਸੋਮਵਾਰ ਸੋਮਵਾਰ, ਮਨੋਹਰ ਮਨੋਹਰ, ਖਰਗੋਸ਼ ਖਰਗੋਸ਼।